ਛੱਬੀ ਜਨਵਰੀ ਦੀ ਪਰੇਡ ਨੂੰ ਲੈ ਕੇ ਜਿੱਥੇ ਪੰਜਾਬ ਦੀ ਝਾਕੀ ਨਹੀਂ ਸ਼ਾਮਿਲ ਕੀਤੀ ਗਈ, ਉੱਥੇ ਹੀ ਸਾਬਕਾ MP ਧਰਮਵੀਰ ਗਾਂਧੀ ਨੇ ਭਾਜਪਾ ਦੇ ਨਿਸ਼ਾਨੇ ਸਾਧੇ। ਤੁਸੀਂ ਵੀ ਸੁਣੋ ਕੀ ਕੁੱਝ ਕਿਹਾ ਧਰਮਵੀਰ ਗਾਂਧੀ ਨੇ। ਬੜਾ ਪੰਜਾਬ ਨਾਲ ਧੱਕਾ ਹੈਗਾ, ਉਹ ਪੰਜਾਬ ਜਿਹਨੇ ਜੰਗੀ ਆਜ਼ਾਦੀ ਵਿੱਚ ਮਤਲਬ ਸਭ ਤੋਂ ਵੱਧ ਸ਼ਹੀਦੀਆਂ, 90% ਸ਼ਹੀਦੀਆਂ ਪ੍ਰਾਪਤ ਕੀਤੀਆਂ, 90% ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟੀਆਂ ਹੈਗੀਆਂ, ਔਰ ਸਭ ਤੋਂ ਵੱਡਾ ਸੰਘਰਸ਼ ਪੰਜਾਬ ਦੀ ਧਰਤੀ 'ਤੇ ਲੜਿਆ ਗਿਆ, ਜਿੱਥੇ ਸ਼ਹੀਦ ਭਗਤ ਸਿੰਘ ਸਰਾਭੇ ਵਰਗੇ ਯੋਧਿਆਂ ਨੇ, ਗਦਰੀ ਬਾਬਿਆਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਉਣ 'ਚ ਬਹੁਤ ਵੱਡਾ ਯੋਗਦਾਨ ਪਾਇਆ, ਔਰ ਜਿਹੜਾ ਬਹੁਤ ਸਮਾਂ ਜਦ ਤੱਕ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਹੀਂ ਸੀ ਹੋਇਆ, ਬਹੁਤ ਲੰਮਾ ਸਮਾਂ ਦੇਸ਼ 'ਚ ਮਤਲਬ ਮੋਰੀ ਸੂਬਾ ਰਿਹਾ, ਸਾਰੇ ਮੁਲਕ ਨੂੰ ਮੋਟੇ ਨਾਜਾਂ ਦੀ ਪੈਦਾਵਾਰ 'ਚ ਉਹਦਾ ਮੁਲਕ ਦਾ ਢਿੱਡ ਭਰਿਆ ਹੈਗਾ, ਉਸ ਪੰਜਾਬ ਨੂੰ ਇਸ ਤਰ੍ਹਾਂ ਇਗਨੋਰ ਕਰਨਾ ਜਾਂ ਉਹਦੀ ਝਾਕੀ ਮਤਲਬ 26 ਜਨਵਰੀ ਨੂੰ ਨਾ ਰੱਖਣੀ, ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਪਹਿਲਾਂ ਇਹ ਸਰਕਾਰ ਕਰਦੀ ਰਹੀ ਹੈ, ਮੋਦੀ ਸਰਕਾਰ ਕਰਦੀ ਰਹੀ ਹੈ, ਇਹ ਪੰਜਾਬ ਨਾਲ ਧੱਕਾ ਹੈਗਾ, ਪੰਜਾਬ ਨਾਲ ਵਿਤਕਰਾ ਹੈਗਾ, ਇਹ ਖਤਮ ਹੋਣਾ ਚਾਹੀਦਾ, ਨਹੀਂ ਤਾਂ ਲੋਕਾਂ 'ਚ ਬੇਗਾਨਗੀ ਦੀ ਭਾਵਨਾ ਪੰਜਾਬ 'ਚ ਪਹਿਲਾਂ ਹੀ ਬਹੁਤ ਹੈਗੀ ਹੈ, ਇਹਦੇ ਨਾਲ ਜਿਹੜੀ ਬੇਗਾਨਗੀ ਦੀ ਭਾਵਨਾ ਹੈਗੀ ਹੈ ਇੰਡੀਅਨ ਯੂਨੀਅਨ ਤੋਂ ਹੋਰ ਜ਼ਿਆਦਾ ਵਧੂਗੀ, ਇਹ ਮੋਦੀ ਸਰਕਾਰ ਇਹ ਬਿਲਕੁਲ ਗਲਤ ਜਿਹੜੇ ਕਦਮ ਚੁੱਕ ਰਹੀ ਹੈ, ਹਰ ਪਾਸੇ ਮਤਲਬ ਇਹ ਰਾਜਾਂ ਨਾਲ ਵਿਤਕਰੇ ਹੈਗੇ ਹੈ, ਧਰਮਾਂ ਨਾਲ ਵਿਤਕਰੇ ਹੈਗੇ ਹੈ, ਅਤੇ ਕੁਛ ਜਾਤਾਂ ਨਾਲ ਵੀ ਵਿਤਕਰੇ ਹੈਗੇ ਹੈ, ਅਤੇ ਔਰਤਾਂ ਨਾਲ ਵਿਤਕਰੇ ਹੈਗੇ ਹੈ, ਚਾਹੇ ਉਹ ਪਹਿਲਵਾਨਾਂ ਦਾ ਇਸ਼ੂ ਹੋਵੇ, ਚਾਹੇ ਮਨੀਪੁਰ 'ਚ ਔਰਤਾਂ ਨੂੰ ਨੰਗੇ ਘੁਮਾ ਕੇ ਜਲੂਸ ਕੱਢਣ ਦਾ ਉੱਤੇ ਕਾਰਵਾਈ ਨਾ ਕਰਨ ਦਾ ਇਸ਼ੂ ਹੋਵੇ, ਚਾਹੇ ਉਹ ਮਤਲਬ ਸਿੰਗਰ ਵਰਗੇ ਜਿਹੜੇ ਮਤਲਬ ਬਲਾਤਕਾਰੀ ਹੈਗੇ ਉਹਨਾਂ ਨੂੰ ਉਹਨਾਂ ਪ੍ਰਤੀ ਸਖ਼ਤ ਰੁੱਖ ਨਾ ਅਪਣਾ ਕੇ, ਜਾਂ ਗੁਜਰਾਤ ਵਿੱਚ ਜਿਹੜੇ ਬਿਲਕਿਸ ਬਾਨੋ ਦੇ ਜਿਹੜੇ ਰੇਪਿਸ ਸੀਗੇ, ਜਿਹੜੇ ਕਾਤਲ ਸੀਗੇ, ਉਹਨਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਕੇ ਗਲਾਂ 'ਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਨਾ, ਇਹ ਸਾਰਾ ਕੁਝ ਦੱਸਾਂਦਾ ਕਿ ਸਰਕਾਰ ਵਿਤਕਰੇ ਕਰਨ ਵਾਲੀ ਸਰਕਾਰ ਹੈ, ਨਾ ਕਿ ਸਾਰੇ ਦੇਸ਼ ਨੂੰ ਇਕੱਠਾ ਲੈ ਕੇ ਚੱਲਣ ਵਾਲੀ ਸਰਕਾਰ ਹੈ, ਤਾਂ ਪੰਜਾਬ ਨਾਲ ਇਹ ਵਿਤਕਰਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਔਰ ਪੰਜਾਬ ਇਹਦਾ ਢੁੱਕਵਾਂ ਜਵਾਬ ਦਊਗਾ 24 ਦੀਆਂ ਚੋਣਾਂ ਵਿੱਚ ਭਾਜਪਾ ਸਰਕਾਰ ਨੂੰ।